ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸੋ ਨਾਇਕ ਸਾਹਿਬ, ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਲਗਾਈ ਗਈ ਜਸਟਿਸ ਬੁੱਕ, ਸਿੱਧੂ ਮੂਸੇਵਾਲ ਦੇ ਪਿਤਾ ਨੇ ਫੋਰਵਰਡ ਕੀਤੀ DGP ਨਾਲ ਮੁਲਾਕਾਤ, ਤੁਹਾਨੂੰ ਲੱਗਦਾ ਕਿ ਇਨਸਾਫ ਮਿਲੂਗਾ? ਚਾਵਲਾ ਸਾਹਿਬ, ਪਹਿਲੇ ਜਦੋਂ ਕਹਿੰਦੇ ਆਏ ਆਪਾਂ ਵੀ ਇਹ ਸਿਆਸੀ ਕਤਲ, ਸਿਆਸੀ ਕਤਲ ਦੇ ਵਿੱਚ ਇਨਸਾਫ ਘੱਟ ਹੀ ਮਿਲਦਾ। ਸੂਰੀ ਦਾ ਕਤਲ ਹੁੰਦਾ ਤੇ ਰਾਤੋਂ ਰਾਤ DGP ਉਹਦੇ ਘਰ ਪਹੁੰਚ ਜਾਂਦਾ, ਰਾਤੋਂ ਰਾਤ। ਕੀ ਕੋਈ DGP ਸਿੱਧੂ ਮੂਸੇਵਾਲ ਦੇ ਘਰ ਗਿਆ? ਜਦੋਂ ਉਹਦੇ ਫਾਦਰ ਨੇ ਇੰਨੀ ਗੱਲ ਕਹੀ 28 ਅਕਤੂਬਰ ਨੂੰ, ਭਾਈ ਮੈਂ 25 ਨਵੰਬਰ ਤੱਕ ਵੇਖਣਾ, ਜੇ ਮੈਨੂੰ ਇਨਸਾਫ ਮਿਲਦਾ ਨਜ਼ਰਿਆ ਦੇ ਤੇ ਮੈਂ ਆਪਣਾ ਦੇਸ਼ ਛੱਡੂ, ਬੰਗਲਾਦੇਸ਼ ਛੱਡੂ। ਕੀ ਸਰਕਾਰ ਤੇ ਕੋਈ ਅਸਰ ਹੋਇਆ? ਕੋਈ ਅਸਰ ਨਹੀਂ ਹੋਇਆ। ਜਿਹੜੀਆਂ ਸਿਰਦ ਜਥੇਬੰਦੀਆਂ ਸੀ ਉਹਨਾਂ ਨੇ ਇੰਨੀ ਗੱਲ ਕਹੀ ਵੀ ਤੁਹਾਨੂੰ ਦੇਸ਼ ਛੱਡਣ ਦੀ ਕੋਈ ਲੋੜ ਨਹੀਂ, ਅਸੀਂ ਤੁਹਾਡੇ ਨਾਲ ਖੜੇ ਹਾਂ, ਜੰਗ ਲੜਾਂਗੇ, ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਸ ਜੰਗ ਲੜਾਂਗੇ, ਲੜ ਕੇ। ਫਿਰ ਉਹਨਾਂ ਨੇ ਕਿਹਾ ਵੀ ਮੈਂ ਕੁਛ ਗੱਲਾਂ ਕਹਿਣੀਆਂ ਚਾਹੁੰਦਾ ਵੀ DGP ਨੂੰ ਟਾਈਮ ਦੇਵੇ, ਮੈਂ ਮਿਲਣਾ ਚਾਹੁੰਦਾ। ਕੋਈ ਰਿਐਕਸ਼ਨ ਨਹੀਂ, ਸਿਰਫ ਇੱਕ ਜਸਕਰਨ ਸਿੰਘ ਉੱਥੋਂ ਦਾ IG ਜਿਹੜਾ ਸੀ ਉਹ ਭੇਜ ਦਿੱਤਾ ਉਹਨਾਂ ਦੇ ਘਰ ਚ, ਜਾ ਕੇ ਮਿਲਾ ਉਸ DGP ਆਪ ਨੀ ਕਹਿੰਦਾ ਟਾਈਮ ਦਿੱਤਾ। ਜਦੋਂ ਉਹਨਾਂ ਥੋੜੀ ਸਖਤੀ ਹੋਰ ਕਰ ਦਿੱਤੀ, ਸਖਤੀ ਇਹ ਕੀਤੀ ਵੀ ਹਰ ਐਤਵਾਰ ਦੇ ਐਤਵਾਰ ਉਹਨਾਂ ਦੀ ਹਵੇਲੀ ਦੇ ਵਿੱਚ ਵੱਡੀ ਗਿਣਤੀ ਚ ਲੋਕ ਜਿਹੜੇ ਦੇਸ਼ ਵਿਦੇਸ਼ ਤੋਂ ਆਉਂਦੇ ਸੀ ਉਹਨਾਂ ਨੂੰ ਸੰਬੋਧਨ ਕਰਦੇ ਸੀ। ਹੁਣ ਕਿਹਾ ਵੀ 1 ਮਹੀਨਾ ਬਿਲਕੁਲ ਸੰਬੋਧਨ ਨਹੀਂ ਕਰਾਂਗੇ, ਜਿਹੜੇ ਵੀ ਲੋਕ ਆਉਣ ਇੱਕ ਜਸਟਿਸ ਬੁੱਕ ਲਗਾ ਦਿੱਤੀ ਗਈ, ਇੱਕ ਰਜਿਸਟਰ ਲਗਾ ਦਿੱਤਾ ਗਿਆ ਜਿਹਦੇ ਵਿੱਚ ਬੰਦੇ ਦਾ ਨਾਂ ਲਿਖਿਆ ਜਾਊਗਾ, ਐਡਰੈਸ ਲਿਖਿਆ ਜਾਊਗਾ, ਫੋਨ ਨੰਬਰ ਲਿਖਿਆ ਜਾਊਗਾ, ਤੇ 1 ਲੱਖ ਬੰਦੇ ਦੇ ਸਾਈਨ ਕਰਾ ਕੇ ਅਦਾਲਤ ਨੂੰ ਦਿੱਤੇ ਜਾਣਗੇ ਵੀ ਇਹ ਲੋਕ ਗੁਹਾਰ ਲਗਾ ਰਹੇ ਆ ਵੀ ਸਿੱਧੂ ਮੂਸੇਵਾਲੇ ਦੇ ਕਤਲ ਕਰਨ ਦਾ ਸਾਨੂੰ ਇਨਸਾਫ ਦਿੱਤਾ ਜਾਵੇ। ਨਾ ਉਹ ਤਾਂ ਪਟੀਸ਼ਨ ਨੂੰ ਆਨਲਾਈਨ ਸਾਈਨ ਕਰਵਾ ਲੈਣ, ਉਹ ਤਾਂ ਮਿੰਟ ਲੱਗਣੇ 10, ਜੇ ਉਹਦਾ ਗੀਤ ਵਾਰ ਆਈ ਆ 2.5 ਮਿੰਟ ਦੀ ਤੇ ਮਿਲੀਅਨਸ ਫੋਲੋਅਰ ਜਿਹੜੇ ਨੇ ਉਹਦੇ ਉਹਨੂੰ ਚਾਹਣ ਵਾਲੇ ਨੇ ਇੰਗਲਿਸ਼ ਦੇ ਵਿੱਚ ਫਾਲੋ, ਨਾਲੇ ਆ ਕਹਿੰਦੇ ਹੁਣ ਕੱਲ ਪਰਸੋਂ ਉਹਦੇ ਡਰੇਕ ਆ ਮੇਰੇ ਖਿਆਲ ਦੇ ਵਿੱਚ ਉਹਦੇ ਪਿਓ ਨੂੰ ਫੋਨ ਕੀਤਾ, ਉਹਦੇ ਵੀ ਮਿਲੀਅਨਸ ਆਫ ਫੋਲੋਅਰ ਨੇ, ਉਹ ਤੇ ਪਟੀਸ਼ਨ ਪਾ ਲੈਣ ਤੇ ਦੁਨੀਆ ਭਰ ਦੇ ਵਿੱਚ ਉਹ ਪਟੀਸ਼ਨ ਜਿਹੜੀ ਆ ਉਹਦੀ ਉਹ ਲੱਖ ਕੀ ਆ ਮਿਲੀਅਨ ਵੀ ਸਾਈਨ ਹੋ ਜਾਊ। ਜਿਹੜੇ ਲੋਕ ਜਾਂਦੇ ਉਹਨਾਂ ਦੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ, ਕੀਤੀ ਉਹਨਾਂ ਨੇ ਬਕਾਇਆ ਤੌਰ ਤੇ ਸਾਈਨ ਕਰਕੇ ਆਪਣੀ ਕੰਸੈਂਟ ਦੇ ਕੇ ਆਉਂਦੇ। ਅੱਛਾ ਜੀ, ਬਿਲਕੁਲ ਬਿਲਕੁਲ ਬਿਲਕੁਲ। ਹੁਣ ਉਹਦੇ ਵਿੱਚ ਕੀ ਆ, ਜਦੋਂ ਉਹਨਾਂ ਕਹਿਤਾ ਵੀ ਜਸਟਿਸ ਬੁੱਕ ਲਗਾ ਦਿੱਤੀ ਗਈ ਆ, ਫਿਰ ਮੈਸੇਜ ਆ ਗਿਆ DGP ਦਾ ਵੀ ਤੁਸੀਂ ਮਿਲ ਸਕਦੇ। ਅੱਜ ਬਕਾਇਦਾ ਤੌਰ ਤੇ ਬਲਕੌਰ ਸਿੰਘ ਹੋਰੀ DGP ਨੂੰ ਮਿਲੇ ਆ, ਲੰਮੀ ਚੜੀ ਮੁਲਾਕਾਤ ਕੀਤੀ ਹੈ, ਕਈ ਨਾਵਾਂ ਨੂੰ ਲੇਕਿਨ ਕਾਰਵਾਈ ਘੱਟ ਹੋਣ ਦੇ ਚਾਂਸ ਆ। ਜਿਸ ਤਰੀਕੇ ਨਾਲ ਆਪਾਂ ਕਹਿੰਦੇ ਨਾ ਇੱਥੇ ਜਿਹੜੇ ਨਸ਼ਾ ਕਰਨ ਵਾਲੇ ਉਹ ਫੜਕੇ ਅੰਦਰ ਧੱਕੇ ਜਾ ਰਹੇ ਆ, ਜਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ, ਉਹੀ ਹਾਲ ਸਿੱਧੂ ਮੂਸੇਵਾਲ ਦੇ ਕਤਲ ਦਾ ਵਾ ਜੀ। ਇੱਕ ਖਬਰ ਆ, ਮੇਰੇ ਖਿਆਲ ਚ ਮਨਦੀਪ ਹੁਣੀ ਦੱਸ ਰਹੇ ਸਨ ਤੇ ਇਹਨਾਂ ਨੇ ਤਿਆਰੀ ਕੀਤੀ, ਮੈਂ ਤਾਂ ਘੰਟੇ ਦਾ ਵੈਸੇ ਵੀ ਇੰਟਰਪਟ ਹੀ ਕੀਤਾ ਇਹਨਾਂ ਨੂੰ ਆ ਕੇ। ਹਾਂਜੀ ਪਲੀਜ਼ ਗੋ ਅਹੈਡ, ਕੀ ਕੁਐਸਚਨ ਹੈ ਤੁਹਾਡਾ? ਜੀ, ਮੇਰਾ ਸੀਗਾ ਕਿ ਰਾਧਾ ਸਵਾਮੀ ਜਿਹੜਾ ਡੇਰੇ ਸੀਗਾ ਨਾ, ਉਹਦੇ ਬਾਹਰ ਖਾਲਿਸਤਾਨ ਦੇ ਨਾਰੇ ਜਿਹੜੇ ਉਹ ਲਿਖੇ ਗਏ ਨੇ, ਤੇ ਇਹ ਕੀ ਘਟਨਾ ਪੂਰੀ ਦੀ ਪੂਰੀ ਜਿਹੜੀ ਹੈ ਸਾਹਮਣੇ ਆਈ ਹੈ ਜੀ? ਪੱਟੀ ਸਾਹਿਬ, ਫਿਰੋਜ਼ਪੁਰ ਦੇ ਵਿੱਚ ਉਹਨਾਂ ਦਾ ਇੱਕ ਸੈਂਟਰ ਹੈ ਜੀ, ਉਹਨਾਂ ਦੇ ਹਰ ਸ਼ਹਿਰ ਦੇ ਵਿੱਚ ਡੇਰੇ ਬਣੇ ਨੇ ਜੀ, ਡੇਰਾ ਰਾਧਾ ਸਵਾਮੀ। ਹਾਂਜੀ, ਉਹ ਡੇਰਾ ਰਾਧਾ ਸਵਾਮੀ ਦੀ ਕੰਧ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਲਿਖਣ ਨਾਲ ਕੀ ਖਾਲਿਸਤਾਨ ਬਣ ਜੂ? ਪੰਜਾਬ ਦੇ ਵਿੱਚ ਇੰਨੇ ਹਾਲਾਤ ਖਰਾਬ ਰਹੇ ਆ, ਲੇਕਿਨ ਡੇਰਾ ਰਾਧਾ ਸਵਾਮੀ ਵੱਲ ਕਿਸੇ ਅੱਖ ਚੁੱਕੀ ਨਹੀਂ ਜੀ, ਕਿਸੇ ਨੇ ਕੁਛ ਨੀ ਕਿਹਾ ਉਹਨਾਂ ਨੂੰ, ਉਹ ਆਪਣਾ ਕੰਮ ਕਰਦੇ ਰਹੇ ਨੇ, ਉਹ ਪ੍ਰਚਾਰ ਵੀ ਕਰਦੇ ਰਹੇ ਤੇ ਵਿਸਤਾਰ ਵੀ ਕਰਦੇ ਰਹੇ ਜੀ। ਗੁਰਦੁਆਰੇ ਦਾ ਪੰਗਾ ਜਰੂਰ ਪਿਆ ਸੀ, ਪਰ ਬਾਬੇ ਨੇ ਉਹ ਵਿੱਚ ਪੈਕੇ ਨਿਬੇੜ ਲਿਆ ਕੰਮ।
ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹਨਾਂ ਲੋਕਾਂ ਨੇ ਖਾਲਸਾ ਜਿੰਦਾਬਾਦ ਉਸ ਕੱਲ ਤੇ ਲਿਖਿਆ ਉਹ ਇਹ ਦੱਸਣ ਵੀ ਇੱਕ ਨਾਰਾ ਲਿਖਣ ਨਾਲ ਕੀ ਖਾਲਸਾ ਬਣ ਜੂ। ਪਾਰਲੀਮੈਂਟ ਤੇ ਉਹਦੇ ਚੋਣ ਮੈਨੀਫੈਸਟੋ ਦੇ ਵਿੱਚ ਖਾਲਿਸਤਾਨ ਦਾ ਮੁੱਦਾ ਸੀ, ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਅਤਿੰਦਰਪਾਲ ਸਿੰਘ ਖਾਲਿਸਤਾਨੀ ਆਪਣੇ ਮਗਰ ਲਿਖਦਾ ਤੇ ਭਾਰਤ ਦੀ ਮੈਂਬਰ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਅਜੇ ਮੈਂਬਰ ਪਾਰਲੀਮੈਂਟ ਚੋਣਾਂ ਜਿੱਤ ਕੇ ਖਾਲਿਸਤਾਨ ਦੇ ਮੁੱਦੇ ਤੇ ਬੈਠਦਾ ਤੇ ਫਿਰ ਖਾਲਿਸਤਾਨ ਫੇਰ ਉੱਥੇ ਦਾ ਉੱਥੇ ਜੀ। ਕੀ ਕਹੋਗੇ ਤੁਸੀਂ, ਮਤਲਬ ਜੇ ਤੁਹਾਡਾ ਦੇਸ਼ ਦਾ ਸੰਵਿਧਾਨ ਤੁਹਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਇਹ ਗੱਲ ਕਰਨ ਦਾ ਹੱਕ ਦਿੰਦਾ ਹੈ ਤੇ ਅਤਿੰਦਰਪਾਲ ਖਾਲਿਸਤਾਨੀ ਨੂੰ ਕਿਉਂ ਨੀ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਜੇ ਉਹਨੇ ਚੋਣਾਂ ਹੀ ਖਾਲਿਸਤਾਨ ਦੇ ਮੁੱਦੇ ਤੇ ਲੜੀਆਂ ਸੀ, ਦੇਸ਼ ਦਾ ਕਾਨੂੰਨ ਆਗਿਆ ਦਿੰਦਾ ਤਾਂ ਹੀ ਹੈ ਨਾ। ਸੋ ਇਸ ਚੀਜ਼ ਨੂੰ ਲੈ ਕੇ ਬੜਾ ਨਾ ਕਸ਼ਮਕਸ਼ ਹੈ, ਬਹੁਤ ਜ਼ਿਆਦਾ ਕਸ਼ਮਕਸ਼ ਹੈ। ਸਹੀ ਕੌਣ ਹੈ ਤੇ ਗਲਤ ਕੌਣ ਹੈ, ਕੌਣ ਲਿਖ ਰਿਹਾ, ਕੌਣ ਲਿਖਵਾ ਰਿਹਾ, ਕੌਣ ਦੁੱਧ ਚ ਕਾਂਜੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਪਾ ਰਿਹਾ, ਜਿਹੜੀਆਂ ਨੇ ਨਾ ਫੰਡਿੰਗ ਹੁੰਦੀਆਂ ਨੇ ਬੜੀਆਂ ਵੱਡੀਆਂ ਵੱਡੀਆਂ, ਮਿਲੀਅਨਸ ਆਫ ਡਾਲਰ। ਸ਼ਾਂਤ ਹੋ ਗਿਆ ਸੀ ਇੱਥੇ ਬਹੁਤ ਬੜਾ, ਪਿਛਲੇ 8-10 ਸਾਲ ਤੋਂ ਪੰਜਾਬ ਬਲਬਲ ਕੈਨੇਡਾ ਦੇ ਵਿੱਚ ਬੜੀ ਸ਼ਾਂਤੀ ਸੀਗੀ, ਮਤਲਬ ਜੇ ਕੋਈ ਗੱਲ ਕਰਦਾ ਵੀ ਸੀ ਤੇ ਕਲਮ ਦੇ ਨਾਲ ਗੱਲ ਕਰ ਰਹੇ ਸਨ, ਮੁੱਦਿਆਂ ਦੇ ਆਧਾਰ ਤੇ ਗੱਲ ਹੋ ਰਹੀ ਸੀ। ਪਰ ਹੁਣ ਜਦੋਂ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਦੁੱਧ 'ਚ ਕਾਂਜੀ ਪਾ ਕੇ ਇੱਕ ਵਾਰ ਫਿਰ ਤੋਂ ਮਾਹੌਲ ਖਰਾਬ ਕੀਤਾ ਜਾ ਰਿਹਾ, ਬਸ ਹੁਣ ਤਾਂ ਫਿਰ ਬਈ ਪੰਜਾਬ ਵਾਸਤੇ ਦੁਆਵਾਂ ਹੀ ਨਿਕਲਦੀਆਂ ਹਨ। ਇਕੱਲਾ ਪੰਜਾਬ ਦੇ ਵਿੱਚ ਹੀ ਕਿਉਂ ਆ, ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਬਹੁਤ ਸ਼ਾਂਤਮਈ ਤਰੀਕੇ ਨਾਲ ਰਹਿ ਰਹੇ ਨੇ ਲੋਕ। ਹਾਂਜੀ, ਔਰ ਜਦੋਂ ਅਸੀਂ ਹਮੇਸ਼ਾ ਇਹੀ ਗੱਲ ਕਰਦੇ ਕਿ ਜਦੋਂ ਵੀ ਰਾਜਨੀਤੀ ਦੀ ਕੋਈ ਗੱਲ ਹੁੰਦੀ ਹੈ ਨਾ ਜਾਂ ਕੋਈ ਇਲੈਕਸ਼ਨਸ ਹੁੰਦੀਆਂ ਨੇ, ਹਮੇਸ਼ਾ ਆਪਣਾ ਧਿਆਨ ਇਹੀ ਰੱਖੋ ਕਿ ਤੁਹਾਨੂੰ ਬਲੀ ਦਾ ਬੱਕਰਾ ਬਣਾਇਆ ਜਾਣਾ ਹਰ ਇੱਕ ਜਗ੍ਹਾ ਦੇ ਉੱਤੇ। ਬਿਲਕੁਲ, ਸੋ ਆਪਣਾ ਧਿਆਨ ਆਪ ਹੀ ਰੱਖਣਾ ਪੈਣਾ ਜੀ। ਬਹੁਤ ਸਾਰਿਆਂ ਨੂੰ ਪਤਾ ਸ਼ਾਇਦ ਨਹੀਂ ਹੋਊਗਾ ਕਿ ਜਿਹੜੀ ਮੈਂ ਗੱਲ ਕੀਤੀ, ਕਿਉਂਕਿ ਅਤਿੰਦਰਪਾਲ ਸਿੰਘ ਜੀ ਜਦੋਂ ਇੱਥੇ ਆਏ ਸਨ ਉਹਨਾਂ ਨਾਲ ਮੈਂ ਇੰਟਰਵਿਊ ਕੀਤੀ ਸੀ ਤੇ ਉਹ ਕਹਿੰਦੇ ਸੀ ਆਹ ਮੇਰਾ ਚੋਣ ਮੈਨੀਫੈਸਟੋ ਪੜ੍ਹੋ, ਤੁਸੀਂ ਕਿਹੜਾ ਕਹਿੰਦੇ ਵੀ ਉੱਥੇ ਖਾਲਿਸਤਾਨ ਦਾ ਨਾਂ ਨਹੀਂ ਲੈ ਸਕਦੇ ਕੋਈ, ਕਹਿੰਦਾ ਮੈਂ ਮੈਂਬਰ ਪਾਰਲੀਮੈਂਟ ਜਾ ਕੇ ਖਾਲਿਸਤਾਨ ਦੀ ਗੱਲ ਕਰਦਾ, ਮੇਰਾ ਚੋਣ ਮੈਨੀਫੈਸਟੋ ਦੇ ਵਿੱਚ ਖਾਲਿਸਤਾਨ ਦੀ ਗੱਲ ਸੀ। ਆਈ ਡੋਨਟ ਨੋ ਕੌਣ ਗਲਤ ਆ ਕੌਣ ਨਹੀਂ, ਬਈ ਤਾਂ ਰੱਬ ਜਾਣਦਾ ਬਈ। ਜੇ ਉਹ ਚੋਣ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਚੋਣ ਲੜ ਸਕਦਾ ਤੇ ਫਿਰ ਉਹਦੀ ਆੜ ਹੇਠ ਇੰਨਾ, ਮਤਲਬ ਹੁਣ ਤੱਕ ਜੇ ਪੰਜਾਬ ਦੇ ਵਿੱਚ 35,000 ਕਲੇਮ ਕੀਤਾ ਜਾਂਦਾ ਕਿ ਹਿੰਦੂਆਂ ਨੂੰ ਸਰਕਾਰ ਦੇਵੇ, ਭਾਵੇਂ ਜੱਗ ਬਾਣੀ ਅਖਬਾਰ ਦੇ ਵਿੱਚ ਆਪਾਂ ਪੜ੍ਹਦੇ ਹੋਏ 35,000 ਨਾਂ ਨਹੀਂ ਸੀਗਾ ਸ਼ਹੀਦਾਂ ਦਾ। ਕੋ ਪੱਟੀ ਸਾਹਿਬ ਬਿਲਕੁਲ ਜੀ, ਜੱਗਬਾਣੀ ਅਖਬਾਰ ਨੇ ਇੱਕ ਸ਼ੁਰੂ ਕੀਤਾ ਸੀ ਫੰਡ, ਜਿੰਨੇ ਵੀ ਹਿੰਦੂ ਭਾਈਚਾਰੇ ਦੇ ਬੇਦੋਸ਼ੇ ਜਿਹੜੇ ਮਾਰੇ ਜਾਂਦੇ ਸੀਗੇ ਉਹਨਾਂ ਵਾਸਤੇ ਉਹ ਫੰਡ ਇਕੱਠਾ ਕਰਦੇ ਸੀ ਤੇ ਫੰਡ ਦਿੰਦੇ ਸੀ। 35,000 ਦੀ ਗਿਣਤੀ ਬਹੁਤ ਵੱਡੀ ਗਿਣਤੀ ਹੈ, ਜੇ ਵਾਕਈ ਇਸ ਤਰ੍ਹਾਂ ਦੇ ਨਾਲ ਹੋਇਆ ਤਾਂ ਬਹੁਤ ਦੁਖਦਾਈ ਹੈ, ਬੜਾ ਨਿੰਦਣੀ ਹੈ ਤੇ ਸਰਕਾਰ ਦੇ ਕੋਲੋਂ ਸਰਕਾਰੀ ਨੌਕਰੀ ਦੀ ਉਹ ਮੰਗ ਕਰ ਰਹੇ ਨੇ। ਰਾਤ ਦੇ ਪ੍ਰੋਗਰਾਮ 'ਚ ਆਪਾਂ ਗੱਲਬਾਤ ਕਰਾਂਗੇ। ਪਟੇ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।